ਇਸ ਵੇਲੇ ਅਸੀਂ ਪਠਾਨਕੋਟ ਜੰਮੂ ਨੈਸ਼ਨਲ ਹਾਈਵੇ ਤੇ ਖੜੇ ਹਾਂ ਅਤੇ ਅੱਜ ਅਸੀਂ ਤੁਹਾਨੂੰ ਕਾਕੇ ਦੀ ਹੱਟੀ ਤੇ ਲੈ ਕੇ ਜਾ ਰਹੇ ਹਾਂ। ਕਾਕੇ ਦੀ ਹੱਟੀ ਤੇ ਇੱਕ 27 ਇੰਚ ਦਾ ਨਾਨ ਬੰਦਾ ਹੈ ਜਿਸ ਨੂੰ ਕਰੀਬ 4 ਤੋਂ 5 ਲੋਕ ਆਰਾਮ ਨਾਲ ਖਾ ਸਕਦੇ ਨੇ, ਤਾਂ ਆਓ ਚੱਲਦੇ ਹਾਂ ਕਾਕੇ ਦੀ ਹੱਟੀ ਤੇ। ਸਿੰਸ 1982 ਦਾ ਸੋਨੀਆ ਵੈਸ਼ਨੋ ਢਾਬਾ ਸਾਡਾ, ਮੇਰੇ ਦਾਦਾ ਜੀ ਪਾਪਾ ਜੀ ਛੋਟੇ ਇੱਥੇ ਹੀ ਸੀਗੇ, ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ। 35+ ਈਅਰਸ ਹੋ ਗਏ ਉਹਨਾਂ ਨੂੰ ਮਿਹਨਤ ਕਰਦੇ ਹੋਏ, ਅਤੇ ਉਹਨਾਂ ਦੀ ਮਿਹਨਤ ਦੇ ਬਾਵਜੂਦ ਆਪਾਂ ਇਹ ਕਾਕੇ ਦੀ ਹੱਟੀ ਬ੍ਰਾਂਚ ਲੈ ਕੇ ਆਏ ਹਾਂ। ਇਹ ਸਿੰਸ 1942 1893 ਦਿੱਲੀ ਦੀ ਹੈਗੀ ਹੈ ਜੀ। ਇਹਨਾਂ ਦੇ ਬੜੇ ਵੱਡੇ ਵੱਡੇ ਨਾਨ ਮਸ਼ਹੂਰ ਹੁੰਦੇ ਆ, 27 ਇੰਚਿਸ ਨਾਨ ਜੋ ਕਿ 3 ਤੋਂ 5 ਬੰਦੇ ਖਾ ਲੈਂਦੇ ਆ ਇੱਕ ਟਾਈਮ। ਆਪਾਂ ਦੇਖਿਆ ਵੀ ਕੈਟੇਗਰੀ ਵੰਡੀ ਹੋਈ ਆ ਨਾਨ ਦੀ, ਕਿਹੜੀ ਕਿਹੜੀ ਕੈਟੇਗਰੀ ਦੇ ਵਿੱਚ ਤੁਸੀਂ ਇਹਨੂੰ ਵੰਡਿਆ ਹੋਇਆ ਜੀ? ਜਿਹੜੇ 27 ਇੰਚਿਸ ਨਾਨ ਨੇ ਉਹ 4 ਤਰ੍ਹਾਂ ਦੇ ਆਉਂਦੇ ਆ, ਇੱਕ ਆਉਂਦਾ ਪਲੇਨ ਨਾਨ, ਇੱਕ ਆਉਂਦਾ ਬਟਰ ਨਾਨ, ਇੱਕ ਆਉਂਦਾ ਗਾਰਲਿਕ ਬਟਰ ਨਾਨ ਔਰ ਇੱਕ ਆਉਂਦਾ ਹਰਿਆਲੀ ਬਟਰ ਨਾਨ। ਇਹਦੇ ਅੰਦਰ 10 ਤੋਂ 12 ਪੀਸਿਸ ਹੁੰਦੇ ਆ ਜੋ ਕਿ ਇੱਕ ਬਟਰ ਨਾਨ ਸਟੈਂਡ, ਇੱਕ ਲੱਕੜ ਦਾ ਸਟੈਂਡ ਹੁੰਦਾ ਉਹਦੇ ਉੱਪਰ ਹੀ ਜਾਂਦਾ। ਇਹਦੇ ਨਾਲ ਕੰਬੀਨੇਸ਼ਨ ਤੁਹਾਡਾ ਦਾਲ ਕਾਕੇ ਦਾਲ ਮੱਖਣੀ, ਆਪਣਾ ਪਨੀਰ ਬਟਰ ਮਸਾਲਾ, ਪਨੀਰ ਮੱਖਣੀ ਤੁਸੀਂ ਲੈ ਸਕਦੇ ਹੋ, ਇਹਦਾ ਕੰਬੀਨੇਸ਼ਨ ਬਹੁਤ ਵਧੀਆ। ਉਸ ਤੋਂ ਬਾਅਦ ਸਾਡੇ 35+ ਵੈਰਾਈਟੀਜ਼ ਨੇ ਨਾਨ ਦੀਆਂ ਜੋ ਕਿ ਨਿੱਕਾ, ਕਾਕੇ, ਬੇਬੀ, ਇਹ ਇੰਚਿਸ 'ਚ ਹੁੰਦੀਆਂ। ਨਿੱਕਾ 6 ਇੰਚਿਸ, ਕਾਕੇ ਹੈ ਉਹ 14 ਇੰਚਿਸ ਔਰ ਉਹ ਬੇਬੀ ਹੈ ਉਹ 10 ਇੰਚਿਸ। ਅਸੀਂ ਇੱਕ ਚੀਜ਼ ਹੋਰ ਦੇਖਿਆ, ਪਠਾਨਕੋਟ ਹੈ ਜਿਹੜਾ ਹਿਮਾਚਲ ਵੀ ਇੱਕ ਪਾਸੇ ਲੱਗਦਾ ਜੀ, ਇੱਕ ਪਾਸੇ J&K ਲੱਗਦਾ, ਦੇਖਿਆ ਨਹੀਂ ਕਦੇ ਸੁਣਿਆ ਵੀ ਨਹੀਂ ਵੀ ਏਡੇ ਏਡੇ ਵੱਡੇ ਨਾਨ ਇੱਥੇ ਮਿਲਦੇ ਆ, ਅਤੇ ਲੋਕਾਂ ਦਾ ਕਿਵੇਂ ਦਾ ਰਿਸਪੋਂਸ ਰਹਿੰਦਾ? ਸਰ ਲੋਕਲ ਦਾ ਰਿਸਪੋਂਸ ਵਧੀਆ, ਵੀਕਡੇਸ 'ਤੇ ਕਾਫੀ ਕਸਟਮਰਸ ਮੇਰੇ ਕੋਲ ਪਠਾਨਕੋਟ ਤੋਂ ਆਉਂਦੇ ਨੇ, ਕਾਫੀ ਸੁਜੈਸ਼ਨ ਦੇ ਕੇ ਜਾਂਦੇ ਨੇ। ਔਰ ਜਿਵੇਂ ਕਿ 15 ਜੂਨ ਤੋਂ ਆਪਣੀ ਸਟਾਰਟਿੰਗ ਹੋਈ ਪਈ ਹੈ, ਤੋ ਜਿਹੜਾ ਪਹਿਲਾ ਮਹੀਨਾ ਸੀਗਾ ਬਹੁਤ ਵਧੀਆ ਗਿਆ, ਉਸ ਤੋਂ ਬਾਅਦ ਹੁਣ ਥੋੜ੍ਹਾ ਹਿਮਾਚਲ 'ਚ ਜੋ ਇਸ ਵੇਲੇ ਮਤਲਬ ਪਾਣੀ ਵਗੈਰਾ ਆ ਗਿਆ, ਜੰਮੂ 'ਚ ਵੀ ਪਾਣੀ ਆ ਗਿਆ, ਸੋ ਉਹਦੀ ਵਜ੍ਹਾ ਨਾਲ ਥੋੜ੍ਹਾ ਕੰਮ ਦੇ ਅੰਦਰ ਪ੍ਰਭਾਵ ਪੈਂਦਾ। ਸਾਡਾ ਜਿਹੜਾ ਇਹ ਮੇਨ ਰੋਡ ਹੈ ਜੰਮੂ ਰੋਡ NH-44, ਇਹਦੇ 'ਤੇ ਵੀ ਜ਼ਿਆਦਾਤਰ ਕਸਟਮਰ ਜਿਹੜੇ ਉਹ ਵੈਸ਼ਨੋ ਮਾਤਾ ਦੇ ਹੁੰਦੇ ਨੇ, ਸੋ ਵੈਜੀਟੇਰੀਅਨ ਗਾਹਕ ਜ਼ਿਆਦਾ, ਸੋ ਦੈਟ ਇਜ਼ ਵਾਈ ਆਪਾਂ ਇੱਥੇ ਪਿਓਰ ਵੈਜੀਟੇਰੀਅਨ ਲਿਆਉਂਦਾ ਹੈ ਕਾਕੇ ਦੀ ਹੱਟੀ। ਇਹ ਐਕਚੁਲੀ ਮੇਨ ਤੁਹਾਨੂੰ ਪਤਾ ਦਿੱਲੀ ਦੇ ਹੈਗੇ ਨੇ, ਚਾਂਦਨੀ ਚੌਂਕ ਦੇ, ਫਤਿਹਪੁਰੀ ਚੌਂਕ ਦੇ, ਤੁਸੀਂ ਉੱਥੇ ਜਾ ਕੇ ਦੇਖੋ ਕਿ ਇੱਥੇ ਤੁਹਾਨੂੰ ਹੋਰ ਵਧੀਆ ਵਰਾਇਟੀਜ਼ ਮਿਲਣਗੀਆਂ। ਉਹ ਇੱਕ ਢਾਬਾ ਟਾਈਪ ਹੈ ਜਿੱਥੋਂ ਦੀ ਇੱਕ ਰੈਸਟੋਰੈਂਟ ਬਣੇ ਨੇ, ਹੁਣ ਇਹਨਾਂ ਦੀ ਇੱਕ ਫਾਈਨ ਡਾਈਨ ਰੈਸਟੋਰੈਂਟ ਚੇਨ ਹੈ, ਉਹਦੇ ਅੰਦਰ ਸਾਡਾ ਵੀ ਨਾਮ ਹੈ, ਸਾਨੂੰ ਬੜਾ ਗਰਵ ਹੈ ਕਿ ਆਪਾਂ ਇਹ ਚੀਜ਼। ਇੱਕ ਚੀਜ਼ ਆਪਾਂ ਨੇ ਹੋਰ ਇੱਕ ਚੀਜ਼ ਦੇਖੀ ਆ, ਜਦੋਂ 27 ਇੰਚ ਦਾ ਨਾਨ ਦੀ ਗੱਲ ਕਰ ਰਹੇ ਹਾਂ, ਬੜਾ ਵੱਡਾ ਸਾਈਜ਼ ਹੈਗਾ, ਕਿੰਨਾ ਮਟੀਰੀਅਲ, ਕਿਉਂਕਿ ਅਸੀਂ ਦੇਖਦੇ ਪੇੜੇ ਦਾ ਸਾਈਜ਼ ਦੇਖ ਕੇ ਹੈਰਾਨ ਹੋ ਗਏ, ਐਡਾ ਵੱਡਾ ਪੇੜੇ ਦਾ ਸਾਈਜ਼, ਕਿੰਨਾ ਪੇੜਾ ਬਣਦਾ ਇਹਦੇ ਵਿੱਚ? ਸਿਰਫ 500 ਗ੍ਰਾਮ ਦਾ ਪੇੜਾ ਹੁੰਦਾ, ਜੋ ਕਿ ਉਹਦੇ ਅੰਦਰ ਗਾਰਲਿਕ ਦੀ ਸਟਫਿੰਗ ਹੁੰਦੀ ਹੈ, ਆਪਣੇ ਹਰਿਆਲੀ ਦੀ ਸਟਫਿੰਗ ਹੁੰਦੀ ਹੈ, ਧਨੀਆ ਪੁਦੀਨੇ ਦੀ ਸਟਫਿੰਗ ਹੁੰਦੀ ਹੈ। ਸੋ ਵੈਰਾਈਟੀਜ਼ ਆਫ 4 ਨਾਨਸ ਹੈ ਜੋ 27 ਇੰਚਿਸ ਹੁੰਦੇ। ਤੁਹਾਡਾ ਨਾਨ ਇਕੱਲਾ ਬੰਦਾ ਖਾ ਸਕਦਾ? ਨਹੀਂ ਨਹੀਂ ਸਰ, ਘੱਟੋ ਘੱਟ 4 ਜਾਂ 5 ਜਣੇ, ਅਗਰ ਤਾਂ ਪੰਜਾਬੀ ਬੰਦੇ ਖਾਣ ਵਾਲੇ ਆ ਫਿਰ ਤਾਂ 4 ਜਣੇ, ਅਤੇ ਅਗਰ ਕੋਈ ਨੋਰਮਲ ਫੈਮਿਲੀ ਤਾਂ ਘੱਟੋ ਘੱਟ 6 ਜਣੇ, ਮਤਲਬ ਅਗਰ ਇੱਕ ਫੈਮਿਲੀ 4 ਤੋਂ 5 ਜਣੇ 6 ਜਣੇ ਆਉਂਦੇ ਤਾਂ ਇੱਕ ਨਾਨ ਨਾਲ ਹੀ ਸਫੀਸ਼ੀਐਂਟ ਹੋ ਜਾਂਦਾ। ਦਾਲ ਮੱਖਣੀ, ਪੰਜਾਬੀ ਸਬਜ਼ੀ ਮੰਗਵਾਈ, ਪਨੀਰ ਬਟਰ ਮਸਾਲਾ, ਦਾਲ ਰਾਈਸ, ਜੀਰਾ ਰਾਈਸ, ਰੋਟੀ, ਬਟ ਉਸਮੇ ਜੋ ਉਹ ਲਸੂਨ ਕੀ ਜੋ ਬੜੀ ਵਾਲੀ 27 ਇੰਚ ਕੀ ਉਹ ਰੋਟੀ ਥੀ ਉਹ ਮੁਝੇ ਬਹੁਤ ਪਸੰਦ ਆਈ, ਕਿਉਂਕਿ ਉਸਮੇ ਜੋ ਗਾਰਲਿਕ ਕਾ ਟੇਸਟ ਥਾ ਉਹ ਬਹੁਤ ਅੱਛਾ ਥਾ, ਹਰ ਜਗ੍ਹਾ ਖਾਤਾ ਹੈ ਬਟ ਇਹ ਕੁਛ ਡਿਫਰੈਂਟ ਥਾ ਹਮਾਰੇ ਲੀਏ, ਕਿਉਂਕਿ ਗੁਜਰਾਤ ਮੇਂ ਐਸਾ ਕੁਛ ਨਹੀਂ ਮਿਲਤਾ, ਯਹਾਂ ਪੰਜਾਬ ਕਾ ਕੁਛ ਬਾਤ ਹੀ ਅਲੱਗ ਹੈ ਔਰ ਇਹ ਅਮੇਜ਼ਿੰਗ।
तो मैं अहमदाबाद से हूँ और दो दिन हुए इधर अमृतसर में पंजाब में आया हूँ। तो यहाँ मैं तीन चार बार मैंने खाना खाया, लेकिन अभी मैंने जो काके की हड्डी में खाना खाया अभी इधर, तो बहुत ही टेस्टी था। ਦੇਖਿਆ ਕਿਵੇਂ ਕਾਕੇ ਦੀ ਹੱਟੀ ਤੇ 27 ਇੰਚ ਦਾ ਨਾਨ ਬਣ ਕੇ ਤਿਆਰ ਹੁੰਦਾ ਹੈ ਅਤੇ ਇਸ ਨਾਨ ਨੂੰ ਖਾਣ ਦੇ ਲਈ ਲੋਕ ਦੂਰ ਦੁਰਾਡੇ ਇਲਾਕੇ ਤੋਂ ਆਉਂਦੇ ਨੇ। ਪਠਾਨਕੋਟ ਤੋਂ ਜਤਿਨ ਸ਼ਰਮਾ, ਨਿਊਜ਼ 18 ਪੰਜਾਬ।